The history of Jalapur Jattan dates back more than 2,300 years. But the city, located about 20 kilometers from Gujarat, is being haunted by a very new menace. Soon after we enter the alleys of Jogia Mohalla, we realize no one knows exactly what the hullabaloo is all about. However, there are many stories of death, and all have an uncanny resemblance. ਉਹਨਾਂ ਦੇ ਪਹਿਲਾਂ ਮੇਜ਼ੇ ਤੋਂ ਤਕਲੀਫ ਸ਼ੁਰੂ ਹੋਈ ਹੈ ਮੇਜ਼ੇ ਤੋਂ ਮੇਜ਼ੇ ਤੋਂ ਕਰਦਿਆਂ ਫਿਰ ਕੋਈ ਆਖੇ ਇਹਨਾਂ ਨੂੰ ਕਾਲਾ ਜੁਕਰਾਨ ਸੀ ਕੋਈ ਟੀ ਬੀ ਕੋਈ ਕੁਛ ਫਿਰ ਇੱਥੋਂ ਗੁਜਰਾਤੋਂ ਸ਼ੁਰੂ ਕੀਤੀ ਹੈ ਦਵਾਈ ਉਹਨਾਂ ਆਖਿਆ ਟੀ ਬੀ ਨਹੀਂ ਸਿਰਫ ਇਹਨਾਂ ਨੂੰ ਮੇਜ਼ੇ ਦੀ ਤਕਲੀਫ ਹੈ ਬੁਖਾਰ ਹੀ ਨਹੀਂ ਮੇਰਾ ਲੱਤ ਦਾ ਕਈ ਟਾਈਮ ਮੈਂ ਜੀ ਬੁਖਾਰ ਅਤੇ ਅੱਜ ਕਿੰਨੇ ਦਿਨ ਹੋ ਗਏ ਨੇ 4-5 ਦਿਨ ਹੋ ਗਏ ਨੇ ਪੇਚਸ ਲੱਗਿਆ ਅਤੇ ਕੱਲ੍ਹ ਦਾ ਕੁਛ ਫਰਕ ਹੈ ਦਿਨ ਬ ਦਿਨ ਅੰਦਰ ਦੀ ਕਮਜ਼ੋਰੀ ਅੰਦਰ ਦੀ ਕਮਜ਼ੋਰੀ ਅੰਦਰ ਦੇ ਵੀ ਟੀਕੇ ਲਵਾਉਂਦੇ ਰਹਾਂ ਮਹੀਨੇ ਦੇ ਮੈਂ ਤਰੀਕਾਂ 2 ਵਾਰੀ ਆਉਣੀਆਂ ਤਰੀਕ ਆਉਂਦੀ ਰਹਿਣੀ ਉਹ ਤਾਂ ਕਮਜ਼ੋਰੀ ਹੁੰਦੀ ਹੁੰਦੀ ਬਸ ਕਈ ਬਿਮਾਰੀਆਂ ਬਣ ਗਈਆਂ ਟੀ ਬੀ ਤਾਂ ਮਰੀ ਹਸਪਤਾਲ ਵੀ ਗਏ ਹਾਂ ਅਸੀਂ ਉਹਨਾਂ ਟੈਸਟ ਟੁਸਟ ਲਏ ਸਾਰਾ ਕੁਝ ਕੀਤਾ ਉਹਨਾਂ ਕਿ ਨਹੀਂ ਜੀ ਟੀ ਬੀ ਨਹੀਂ ਪਤਾ ਰਹਿੰਦੇ ਬਸ ਬਿਮਾਰ ਹੁੰਦੀ ਲੱਗੀ ਆਈਆਂ ਤਾਂ ਦਵਾਈ ਸ਼ਾਈ ਲਿਆਉਂਦੀ ਰਹੀਆਂ ਤਾਂ ਪਹਿਲਾਂ ਤਾਂ ਦਵਾਈ ਲਿਆਉਂਦੀ ਰਹੀਆਂ ਖਾਂਦੀ ਰਹੀਆਂ ਫਿਰ ਜ਼ਿਆਦਾ ਰਹਿ ਗਈਆਂ ਫਿਰ ਆਏ ਸਨ ਲਾਹੌਰ ਵਾਲੇ ਫਿਰ ਉਹਨਾਂ ਨੇ ਆਖਿਆ ਵੀ ਸਾਡੇ ਕੋਲ ਦਵਾਈ ਲਓ ਤੁਸੀਂ ਅਤੇ ਵੱਲ ਹੋ ਜਾਓ ਅਤੇ ਹੁਣ ਉਹਨਾਂ ਕੋਲ ਦੂਜੀ ਵਾਰ ਲੈਂਦੇ ਆ ਦਵਾਈ ਸ਼ਾਈ ਲੈਂਦੇ ਰਹੇ ਤਾਂ ਠੀਕ ਹੋ ਗਏ ਅਤੇ ਜਿਹੜਾ ਸਿਰ ਤੋਂ ਤੈਅ ਕਰਦੇ ਹੁਣ ਤੂੰ ਇਹਨਾਂ ਅਜੇ ਵੀ ਨਹੀਂ ਲੱਥਦਾ ਇਹਨਾਂ ਕੋਲ ਮੈਂ ਇਸ ਗੱਲੇ ਗਈ ਸਾਂ ਐਂਡ ਦੀ ਸਟੋਰੀਜ਼ ਕਮ ਵਿਦ ਅ ਟੈਬੂ ਅੰਡਰ ਦ ਲਿਪ ਮੈਂਸ਼ਨ ਆਫ ਏਡਸ ਐਂਡ ਦੈਟ ਇਜ਼ ਅਬਾਊਟ ਇਟ ਇਹ ਜਿਹੜੇ ਇੱਥੇ ਖੈਰੀ ਨਾਲ ਜਿਹੜੇ ਆਏ ਸਨ ਨਾ ਡਾਕਟਰ ਉਹਨਾਂ ਮੈਨੂੰ ਉਂਝ ਆਖਿਆ ਵੀ ਉੱਡੀ ਉੱਡੀ ਬਾਅਦ 'ਚ ਪੁੱਛਿਆ ਤਾਂ ਉਹਨਾਂ ਆਖਿਆ ਕੋਈ ਏਟ ਨਹੀਂ ਉਂਝ ਉਹਨਾਂ ਆਖਿਆ ਉਹਨਾਂ ਆਖਿਆ ਤੈਨੂੰ ਏਟ ਆਹ ਤਾਂ ਕਈਆਂ ਨੂੰ ਹੈ ਹੀ ਆ ਤਾਂ ਹੀ ਉਹ ਬਹੁਤੀ ਜੋਗ ਫਰੇ 'ਚ ਫਿਰਦੇ ਟੈਸਟ ਲਿਆ ਨੇ ਇੱਥੇ ਫਿਰ ਕਿਹਾ ਨੇ ਵੀ ਗੁਜਰਾਤ ਚਲੋ ਗੁਜਰਾਤ ਗਏ ਹਾਂ ਉੱਥੇ ਵੀ ਹੁਣ ਲਿਆ ਨੇ ਟੈਸਟ ਵਾਸਤੇ ਅਤੇ ਫਿਰ ਆਏ ਹਾਂ ਅਤੇ ਬਾਅਦ 'ਚ ਅਸੀਂ ਪੁੱਛਿਆ ਵੀ ਕੀ ਤਕਲੀਫ ਹੈ ਤਾਂ ਆਉਂਦੇ ਨੇ ਕੀ ਬਿਮਾਰੀ ਦਾ ਨਾਂ ਲੈਂਦੇ ਨੇ ਸਾਨੂੰ ਤਾਂ ਆਉਂਦਾ ਵੀ ਨਹੀਂ ਹਾਲੇ ਰਿਪੋਰਟਾਂ ਸਿਰਫ ਉਹਨਾਂ ਲੈ ਕੇ ਦਿੱਤੀਆਂ ਨੇ ਰਿਪੋਰਟਾਂ ਦੱਸੀਆਂ ਨੇ ਕਿ ਉਹਨਾਂ ਆਖਿਆ ਏਟ ਹੈ ਤੁਹਾਨੂੰ Naseem's husband died of what these people call the weakness. She too has the same symptoms and has tested positive for the human immunodeficiency virus. But Naseem has thrown away the medicines she was given. ਉਹਨਾਂ ਕੁਛ ਵੀ ਨਹੀਂ ਦੱਸਿਆ ਉਹਨਾਂ ਕਿ ਤੁਸੀਂ ਠੀਕ ਹੋ ਜਾਓ ਜਿਹੜੇ ਪੱਠਿਆਂ ਦੀ ਦਰਦ ਵਾਸਤੇ ਉਹਨਾਂ ਦਵਾਈ ਦਿੱਤੀ ਗਈ ਇੱਕ ਫਿਰ ਦਵਾਈ ਖੁਰਾਕ ਇੱਕ ਖਾਧੀ ਬਾਅਦ 'ਚ ਮੈਂ ਕੋਈ ਨਹੀਂ ਫਿਰ ਇਹਦੇ ਬੂਹੀ ਨਹੀਂ ਸੀ ਖਾਣ ਦਿੱਤੀ ਅੰਤ ਤਾਂ ਕੋਈ ਕੋ ਨਹੀਂ ਹੈ ਤੈਨੂੰ ਜੇ ਵਹਿਮ ਕਰਨੀ ਪਰੇਸ਼ਾਨੀ ਤਾਂ ਵਾਸਤੇ ਤੂੰ ਐਡੀ ਸੋਹਣੀ ਸਿਹਤ ਸੀ ਐਂ ਗਹਿਮ ਗਹਿਮ ਫਿਰਦੀ ਟੁਰਦੀ ਕੰਮ ਸਾਰੇ ਕਰਦੀ ਸਾਂ ਸਿਰਫ ਉਹ ਜਦੋਂ ਫੋਤ ਬਾਅਦ 'ਚ ਫਿਰ ਕੰਮ ਕੀਤਾ ਪਰੇਸ਼ਾਨੀ ਤਾਂ ਹੁੰਦੀ ਹੈ ਨਾ ਘਰ ਦਾ ਜਦੋਂ ਨਾ ਹੋਵੇ ਤਾਂ ਫਿਰ ਪਰੇਸ਼ਾਨੀ ਨਹੀਂ ਆਉਂਦੀ ਐਡੇ ਅੱਛੇ ਹੋਣ Today, Naseem runs a corner shop and lives with her children and fear. ਹਰ ਇਹ ਲੱਗਦਾ ਮੈਨੂੰ ਕੋਈ ਬਿਮਾਰੀ ਨਾ ਐਸੀ ਲੱਗੀ ਹੋਵੇ ਬਾਈ ਮਸਲਨ ਜਿਹੜਾ ਖੂਨ ਚੂਸ ਨਹੀਂ ਆ ਅਤੇ ਇੰਝ ਹੋਰ ਮੈਨੂੰ ਕੋਈ ਡਰ ਵਹਿਮ ਕੋ ਨਹੀਂ ਵੀ ਜਿਹੜੀ ਕਮਜ਼ੋਰ ਹੋਈ ਜਾਂਦੀ ਆ ਦਿਨੋਂ ਦਿਨ But Naseem is not the only one shying away from the fear and the stigma of an unknown enemy. A few months ago, Sajid's mother, who is among 34% of the population sample of Jogia Mohalla who tested positive for HIV, did not even know what she was fighting against. ਕੋਈ ਪਤਾ ਨਹੀਂ ਜੇ ਕੋਈ ਇੱਕ ਡਾਕਟਰ ਕੋਲ ਦੀ ਨਾ ਦਵਾਈ ਲਿਆਵੀ ਦੀ ਹੈ ਹਸਪਤਾਲ ਵੀ ਲਿਆਵੀ ਦੀਆਂ ਨੇ ਟੀਕਾ ਵੀ ਲਵਾਈਦਾ ਹੁਣ ਅੱਲਾ ਬਿਹਤਰ ਜਾਣਦਾ ਕਿ ਤਕਲੀਫ ਇਹਨਾਂ ਦੀ ਵਜ੍ਹਾ ਤੋਂ ਹੋਈ ਹੈ ਜਾਂ ਰੱਬ ਵੱਲੋਂ ਹੋਈ ਹੈ Her husband had died of the weakness about 3 years ago. Today, she doesn't want to talk to us. She just comes up with her ego defense mechanisms. It was at their home that we met Shahida, who was visiting Sajid's mother with her entire family. Shahida narrates the agony her family went through when her daughter-in-law died of disease and weakness. ਦੱਸਦੇ ਕੁਝ ਨਹੀਂ ਸੁਣਿਆ ਇਹ ਤਾਂ ਇਹ ਗੱਲ ਨਹੀਂ ਅੰਦਰ ਦੀ ਕਮਜ਼ੋਰ ਜ਼ਿਕਰੀ ਬਿਮਾਰੀ ਉਹਨਾਂ ਦੱਸੀ ਨਹੀਂ ਕਿਸੇ ਨੇ ਵੀ ਕਿ ਇਹਨੂੰ ਨੁਕਸ ਇਹ ਹੀ ਆਦੇ ਹਨ ਕਮਜ਼ੋਰੀ ਗੋਸ਼ਤ ਵੀ ਦਿੰਦੇ ਨੇ ਮਾੜਾ ਚੰਗਾ ਮੁੜਾ ਵਿਚਾਰਾ ਮਜ਼ਦੂਰੀ ਲਾ ਕੇ ਆਉਂਦਾ ਸੀ ਜੋ ਚੀਜ਼ ਸਿਆਹ ਨੂੰ ਲਿਆ ਕੇ ਦੇਣੀ ਹੈ ਪੂਰੀ ਨਹੀਂ ਪਈ ਤਾਂ ਨਾ ਉਹਨੂੰ ਖੁਰਾਕ ਲੱਗੀ ਦਵਾਈ ਵੀ ਦੁੱਧ ਨਾਲ ਦੇਣੀ ਗੋਸ਼ਤ ਵੀ ਦੇਣਾ
ਸੇਰ ਸੂ ਵੀ ਲਿਆ, ਖਾਣੇ ਨੂੰ ਪੀਣ ਨੂੰ ਠੀਕ ਠਾਕ ਸੀ, ਖਾ ਪੀ ਲੈਂਦੀ ਸੀ, ਬਸ ਅੰਗ ਨਹੀਂ ਸੀ ਲੱਗਦੀ ਕੱਚੀ ਸੀ, ਨਾ ਉਹਦਾ ਖੂਨ ਬਣਦਾ ਸੀ. ਐਂਡ ਦੈਨ ਵੀ ਹੇਅਰ ਯੈਟ ਅਗੇਨ ਆਫ ਦਾ ਵੀਕਨੈਸ, ਦ ਸੇਫ ਨੇਮ ਫੋਰ ਵਟ ਦੀਸ ਪੀਪਲ ਓਨਲੀ ਨੋ ਐਸ ਦ ਟੈਰੇਬਲ ਡਿਜ਼ੀਜ਼. And our team is haunted by our knowledge of HIV and AIDS. Test Lahore ja karaya has ethni test Lahore vaddi machine ha vaddi machine ch koi unna khe ve nu nanu kus dujave nu AIDS. Shahida tells us the youngest of her grandchildren Gullu is not yet 3 and that he was detected with a weakness soon after his mother tested positive. ਪਹਿਲਾਂ ਤਾਂ ਪਤਾ ਨਹੀਂ ਖਾਰਸ਼ ਨਹੀਂ ਹੱਸ ਜਾਂਦੇ, ਦਾਣੇ ਦਾਣੇ ਨਹੀਂ ਹੱਸ ਜਾਂਦੇ, ਗਲੇ ਹੀ ਰਹਿੰਦਾ ਸੀ. ਤੂੰ ਤੂੰ ਉਹਦਾ ਅੱਲਾ ਦੀ ਮਿਹਰਬਾਨੀ ਠੀਕ. ਬੱਚਿਆਂ ਦਾ ਫਿਰ ਇਹਨੂੰ ਇਹ ਸੁਣਦਾ ਸੀ ਨਾ ਮਾਂ ਕੋਲ, ਬੱਚਾ ਖੜਿਆ ਸੀ ਉੱਥੇ ਇਸਲਾਮਾਬਾਦ ਖੜਿਆ ਸੀ, ਟੈਸਟ ਲਿਆ ਬੱਚੇ ਦਾ, ਉਹਨਾਂ ਕਿਹਾ ਕੋਈ ਨਹੀਂ ਬੱਚੇ. ਮਾੜਿਆ ਘਰਾਂ ਦੇ ਕਿਹੜੇ ਇਲਾਜ ਦੋ ਰੋਜ਼ ਹੁੰਦੇ ਨੇ, ਇਹ ਬਿਮਾਰੀਆਂ ਅੱਲਾ ਕਿਸੇ ਦੇ ਘਰ ਵਾੜੇ ਨਾ. ਵਾਈਲ ਸ਼ਾਹਿਦਾ ਬਿਲੀਵਸ ਗੁੱਲੂ ਇਜ਼ ਨਾਓ ਫਾਈਨ, ਵੀ ਨੋ ਓਨਲੀ ਟੂ ਵੈਲ, ਵਾਂਸ ਯੂ ਗੈਟ ਦਾ ਵਾਇਰਸ ਦੇਰ ਇਜ਼ ਨੋ ਵੇ ਆਫ ਟੇਕਿੰਗ ਇਟ ਆਊਟ ਆਫ ਯੋਰ ਸਿਸਟਮ. One thing that comes to light as we go through the mohalla is the fact that there is no education, and the situation is exacerbated by the elusive nature of HIV and AIDS. All children here are vaccinated for polio, and there is a fumigation drive going on to kill the mosquitoes who are the only vectors of the dengue virus. But people here say no one has AIDS. However, they agree a lot of them suffer from TB, hepatitis and other ailments. Is AIDS ka ki is jirkan ha jirkan ya TB ya matlab sugar ye bahut phail rahi hai, is paas government ko tawajjuh deni chahiye. Jo AIDS hai na, AIDS ka mareez koi bhi Jalapur Jattan mein bahut hi kam hai. Saadi jehdi parjai moi to tuhan dass ditta hai, saadi parjai TB naal moi te aur saade Allah kare te ji sare filhal theek thaak ne is waqt. ਝੱਟੇ ਦਾ ਪਤਾ ਕੋਈ ਨਹੀਂ ਹੁੰਦਾ ਬੰਦੇ ਦਾ. ਮੇਰੇ ਵਾਲਦ ਥੇ ਨਾ ਜੋ ਉਹ ਚਾਕੂ ਛੁਰੀਆਂ ਵੇਚਦੇ ਥੇ, ਫਿਰ ਆਸਾ ਆਸਾ ਉਹਨਾਂ ਕੀ ਵੀ ਜਿਸ ਤਰ੍ਹਾਂ ਟੀ ਬੀ ਕੇ ਮਰੀਜ਼ ਕੀ ਹਾਲਤ ਹੋਤੀ ਹੈ ਨਾ, ਇਸ ਤਰ੍ਹਾਂ ਆਉਂਗੀ. ਫਿਰ ਉਹਨਾਂ ਕੋ ਲੈ ਕਰ ਗਏ ਹਸਪਤਾਲ, ਉਹਨਾਂ ਨੇ ਕਿਹਾ ਵੀ ਇਹ ਆਖਰੀ ਸਟੇਜ ਪੇ ਹੈ ਇਨਕੀ ਟੀ ਬੀ ਜੋ ਹੈ ਨਾ, ਵੋ ਇਨਕੋ ਟੀ ਬੀ ਹੈ, ਤਬ ਇਨਕੀ ਜੋ ਹੈ ਨਾ ਬਚਣਾ ਮੁਸ਼ਕਲ ਹੈ. ਫਿਰ ਉਸੀ ਰਾਤ ਕੋ ਵੋ ਫੋਤ ਹੋ ਗਏ. ਕਦੇ ਕੋਈ ਕਹਿੰਦਾ ਸੀ ਵੀ ਇਹਨਾਂ ਨੂੰ ਬਲੱਡ ਪ੍ਰੈਸ਼ਰ, ਕੋਈ ਕਹਿੰਦਾ ਸੀ ਐਲਰਜੀ, ਕੋਈ ਸ਼ੂਗਰ ਕਹਿੰਦਾ ਸੀ, ਉਸ ਹਿਸਾਬ ਨਾਲ ਦਵਾਈ ਦੇ ਦਿੰਦੇ ਸਨ. ਮੁਖਤਲਿਫ ਇਲਾਜ ਕੀਤਾ ਗਿਆ ਵੀ. What they don't realize is that everyday diseases are characteristically symptomatic of HIV. There is no specific symptom of HIV. For many years, they continue with fairly normal lifestyle. They don't know it. Those that are around them don't know it. And that is part of the problem of this disease, that for many years, the afflicted person has no idea and is able to pass on the affliction to other people. We try finding Jameel, the barber, but he has left the mohalla, we are told. The why of it, no one knows, not even his family. But then, that's the way Jameel was, we are told. ਜਮੀਲ ਅੱਗੇ ਵੀ ਬੜੀ ਦੇਰ ਘੁੰਮ ਰਹਿੰਦਾ, ਕਦੀ ਉਹਦਾ ਦਿਲ ਕਰੇ ਤਾਂ ਢੋਲ ਟੁਰ ਜਾਂਦਾ, ਦਿਲ ਕਰੇ ਤਾਂ ਕਰਾਚੀ ਟੁਰ ਜਾਂਦਾ, ਦਿਲ ਕਰੇ ਜਿੱਥੇ ਉਹ ਆਪਣੇ ਮੂੰਹ ਸਿਰ ਵਾਲਾ ਟੁਰ ਜਾਂਦਾ. ਨਾ ਆਪਣੇ ਬਾਪ ਦੀ ਸ਼ੁਰੂ ਤੋਂ ਉਹਨੇ ਮੰਨੀ, ਨਾ ਉਹਨੇ ਮਾਂ ਦੀ ਕਦੀ ਮੰਨੀ, ਨਾ ਉਹਨੇ ਕਦੇ ਸਾਡੀ ਮੰਨੀ. ਹਾਊਐਵਰ, ਵੀ ਹੈਡ ਟਾਕ ਟੂ ਜਮੀਲ ਅ ਫਿਊ ਮੰਥਸ ਅਗੋ ਐਂਡ ਹੀ ਹੈਡ ਟੋਲਡ ਅਸ ਵਾਈ. ਉਹਨਾਂ ਨੇ ਮੇਰਾ ਬਲੱਡ ਲਿਆ, ਉਸ ਦਾ ਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਆਪਕੋ HIV ਹੈ. ਵਜੂਹਾਂ ਜ਼ਿਆਦਾਤਰ ਤਾਂ ਇਹ ਜਾਣਾ ਜਾਤਾ ਕਿ ਲੜਕੀਆਂ ਔਰ ਲੜਕੋਂ ਕੇ ਦਰਮਿਆਨ ਨਜਾਇਜ਼ ਤਲਕਾਤ ਸੇ ਹੋਤੇ ਹੈ, ਲੇਕਿਨ ਇਹ ਮੈਂ ਨਹੀਂ ਮਾਨਤਾ ਹੂੰ, ਕਿਉਂਕਿ ਇਸ ਵਜ੍ਹਾ ਸੇ ਇਹ ਜੋ ਹੋ ਨਾ ਤੋ ਮੇਰੇ ਜੈਸੇ ਯੰਗ ਆਦਮੀ ਕੋ ਹੋਣੇ ਚਾਹੀਏ, ਹਮਾਰੇ ਜੋ ਬਜ਼ੁਰਗ ਹੈ HIV ਮੈਂ ਮੁਸ਼ਤਮਿਲ, ਉਨਕੋ ਕਿਉਂ ਹੈ, ਵੋ ਛੋਟੇ ਛੋਟੇ ਬੱਚੇ ਕਾ ਕਿਆ ਕਸੂਰ ਹੈ, ਕਿਆ ਵੋ ਇਸਕਾ ਲੜਕੀਆਂ ਕੇ ਸਾਥ ਨਜਾਇਜ਼ ਤਲਕਾਤ ਰੱਖਤੇ ਹੈ. ਆਕਿਬ ਐਂਡ ਉਸਾਮਾ ਹੂ ਟੁਕ ਅਸ ਟੂ ਜਮੀਲਸ ਹਾਊਸ also know that there are needles and syringes lying around the doctor's home, but who is the doctor? An eerie character who we never meet but hear a lot about. Wife hai doctor sahab ki, to mujhe bataye na doctor sahab kidhar gaye hain? Shahar gaye hue hain. Acha shahar gaye hue to ye baahar sari syringes wagaira padi hui hai to wo uthwaat ke nahi gaye? Nahi nahi, wo hum kaam hi nahi wo karte ab. Nahi to agar wo doctor hai to ab kaam kyun nahi karte?
وہ کیا نا کلینک بند ہو گیا ہوا ہے, وہ ڈاکٹر ارشد کی وجہ سے وہ سارے وہ سیل ہو گئے ہوئے ہیں کلینک. کس نے کیا سیل کلینک؟ پتہ نہیں, وہ ڈاکٹر تھا پتہ نہیں کدھر, اسلام آباد سے کوئی آیا تھا. ایڈز کا صرف جو گورنمنٹ نے جو ڈاکٹر یہاں پر بٹھایا تھا نا, اس نے غلط ملک رپورٹیں لے کے جن بند کو یرکان تھا ان کو اس نے ایڈز بنا دیا. The provincial AIDS control program takes responsibility for the action. One of the vaccinator who has been suspended by the government of Punjab because he was an injecting drug user himself, and he was sharing needle with his partners, with his colleagues, and he was one of the also one of the reason who spread this HIV to other colleagues who were sharing needles with him. He was the one who was himself an injecting drug user and infecting other his other peers. But the people of this town don't believe this. They say it was Nazir Masih who brought the disease to them. وہ اس لیے کہہ رہے ہیں کہ آپ ارباں ڈالر کما رہے ہیں, ٹھیک ہے, آپ ارباں ڈالر کمان واسطے سارے علاقے نو معاشرے نو بدنام پہ کرتا. یہ آ کے کوئی بھی ڈاکٹر کوئی پنجاب کا جڑا وڈا پاکستان کا وڈا آ کے معائنہ کر لے گھر گھر جا کے جہاں بندے انہوں نے کہا ایڈز, انہوں بندے کچھ دے اساں ٹیسٹ کرائے نے, انہوں نے ایڈز نہیں نکلی. یہ نیگیٹو کٹی ہے, پوزیٹو کٹی ہے, نکلیاں رپورٹاں نیگیٹو نے, بعد چاہ ساری رپورٹاں کرائی نے. Nazir Masih, who himself is HIV positive, runs an NGO, and the tests he conducted were in conjunction with the World HIV Testing Day. And the reason? 3-4 ماہ پہلے ریگولر جو ہمارے پاس مہینے کے ٹیسٹ آ رہے تھے, 3-4-5 ایچ آئی وی جنرل لوگ جو تھے پاپولیشن میں سے آ رہے تھے, اور وہ ہمیں بتا رہے تھے, مجھے کوئی کہہ رہا مجھے معدے کی پرابلم ہے, کوئی کہہ رہا مجھے ڈائریا رک نہیں رہا, کوئی کہہ رہا میرا ویٹ جو ہے بہت کم ہو رہا ہے, کوئی کہہ رہا مجھے اسکن پرابلم ہے. تو اس طرح کی جو پرابلم تھی لوگ شیئر کرتے تھے, اور جب ہم ان کو بتاتے تھے کہ آپ لوگوں کو پتہ ہے کہ ہم کام کیا کرتے ہیں, تو وہ بتاتے تھے جی ہاں ہمیں پتہ چلا کہ آپ ایڈز کا کام کرتے ہیں. تو ہم ان کو کہتے تھے ٹھیک ہے پھر آپ اپنی کاؤنسلنگ کروا لیں, اور آپ اس چیز پہ ایگری ہیں تو اپنا سیمپل دے دیں. اور جب ہم ان کا ٹیسٹ کرتے تھے تو اسٹیٹس اس کا ایچ آئی وی پازیٹیو نکل آتا تھا. Doctors second what Nazir Masih tells us. So clearly the testing was done in a very high risk group. Now that happens sometimes. What happens is that the country overall has a relatively lower incidence than many neighboring countries in other areas. But they also tell us it's not easy to get the virus. It's not a very easily transmitted disease. You know, it's not like the flu that you sit in the same room with someone and you know, it's not going to happen like this. It's somewhat hard to get in the sense that you know, there is a requirement of exchange of body fluids, whether it's sexual transmission, whether it's intravenous drug use, whether it is use of unsafe medical equipment, whether it was migrant workers who introduced the infection in the first place. These are all questions. Even the most educated among the residents of Jogia Mohalla are ignorant about how the virus spreads. Jism furosi the drugs wagaira ya nasha wagaira oda AIDS na koi talak nahi. AIDS or HIV is not a disease in itself. It is a virus that breaks the body's defense mechanism, making it prone to a never-ending disease agony. HIV positive hota hai, lekin wo AIDS patient nahi hota. AIDS patient us time hota hai jab uska CD4 level jo hai wo kam hona shuru ho jata hai, aur uski jo quwwat e mudafaat kam hoti hai, to aista aista uske upar jo bhi bimari lagti hai usko wo bimari regular jo hai wo لگتی رہتی ہے, اور اس کی وہ بیماری کی ایک تو جانکاری نہیں ہوتی کہ اس کو کس وجہ سے وہ بیماری لگ رہی ہے, اور دوسرا یہ ہوتا ہے وہ جو انسان ہوتا ہے وہ دن بہ دن وہ گرتا جاتا ہے. There is no way as of now to determine exactly what led to the localized spread of the virus. جب ڈاکٹر ہمیں انجیکشن لگاتے ہیں نا, وہ ہمارے سامنے نہیں انجیکشن کو بھرتے, وہ کہیں اور سے لے کے آتے ہیں, لگاتے کہیں اور ہیں, اس کا پتہ نہیں ہے. What has happened there? What are the reasons? I think this is a very, very important question, but we do not really know the answers. And to know the answers, we need to do a proper epidemiologic study of the area. But each day casts a darker shadow on the population of this area, and the blame games continue. Nazir Masih nu ode maqam takar pahunchna chahiye. جیل دیاں سلاحاں پیچھے ہونا چاہیے. ایک قاتل ہے, بڑا وڈا قاتل ہے, انسانیت دا قاتل ہے, پورے ملک دا قاتل ہے. ملک دا مال کھا رہے ہیں, قتل ملک دیاں بندیاں نوں کر رہے ہیں, تے قاتل دی کی سزا ہوندی ہے ساڈا ملک بہتر جاندا ہے. جو ایچ آئی وی خاص کر کے جو افیکٹڈ لوگ ہیں وہ غصہ نہیں دکھا رہے,
یہ غصہ وہ لوگ دکھا رہے ہیں جن لوگوں کو کچھ مفادات اپنے فائدے کے لیے جو لوگ ان کو بھڑکا رہے ہیں, اور وہ لوگ ہیں یہ ان پڑھ لوگ ہیں, ان لوگوں کو جس طرح سے بھی کوئی لگائے گا وہ انہیں کے پیچھے لگ جائیں گے. اینڈ امڈ آل دس جلال پور جٹن جوگیاں محلہ ریمین اسٹیڈ فاسٹ ان دیئر بلیف ان گاڈ. نہیں ڈر کیوں لگتا ہے, ڈرنے والی کوئی بات نہیں ہے اس میں, کیونکہ اپنے آپ کو بندہ مضبوط کرے تو پھر کچھ ہوتا ہے نا, بندہ ڈرتا رہے یا ایڈز ہے تو پھر وہ اپنے اوپر پریشر پا لے, جو کچھ ہے بھی اندر ہی رہے اور پھر جانا گیٹ ٹر جانے جدو وعدہ آیا.